देखो जी अज प्रयूषण पर्व जिहड़ा हैगा वा जैन धर्म दे विच बहुत श्रद्धा नाल मनाया जांदा वा ते इस बार रजेश जैन बोवी जिन्हां ने पूरे इस बार चेंज करके जिहड़ा ये हर गऊशाला दे विच किते कुष्ठ आश्रम दे विच खाना भोजन की व्यवस्था हर जगह ते इन्हां ने कीती आ एक बहुत वड्या त्याग दा जिहड़ा पीरियड हैगा वा इहदे विच कि किसे तरह दी साडे तों किसे कोल भी कोई गलती होगी क्षमा याचना का ये दिन है ने असी तो सारे तो हाँ गौ माता दे असी चरणा च आए हैं तो असी आप अपनी भुल चुक जो भी साढ़े तो कोई हुई है असी माफ़ी मंगन आए हैं तो नाल दी नाल इत्थे ये जी पूरा एक हफ्ता हैगा वा चलना वा 9 दिन का हैगा वा अपने 9 सितंबर नू पूरा होना वा ये हर तरह के मीन जैन स्थानक दे विच भी जाके हर कोई बंदा अपने पाठ पूजा करता वा पर यह संस्था वालों जिहड़ा गऊशाला दे विच जां कुष्ठ आश्रम दे विच जां स्कूल दे विच जाके बच्चों नूं हर चीज़ वास्ते दस्या जाऊगा तो उन्हां नूं कुछ ना कुछ उपहार भी दिते जाणगे। बड़ा पुरब दिन है जिहड़ा जे शुरू हो रहा है पहला दिन साडा संत भोले मुनि बाबा जी तरफ तो जिहड़ा सारे नूं एक आशीर्वाद दिता सी जिहदे नाल साडे जीव जंतुओं की सेवा करना साहब की सेवा गौ माता की सेवा करना ਹੁਣੇ ਮੇਰੇ ਦੱਸ ਰਹੇ ਜਿੰਨੀ ਭੋਲੇ ਮੁਨੀ ਮਹਾਰਾਜ ਆਏ ਗਊਸ਼ਾਲਾ ਰੋਜ਼ ਆ ਕੇ ਸੇਵਾ ਕਰਦੇ ਆਉਂਦੇ ਸੀਗੇ ਭੋਲੇ ਮੁਨੀ ਮਹਾਰਾਜ ਨੇ ਜੈਨ ਸਾਹਿਬ ਮਹਾਰਾਜ ਜੀ ਸਾਰਿਆਂ ਨੇ ਅੱਜ ਦੇ ਦਿਨ ਜੇ ਇੱਕ ਹਫ਼ਤਾ ਲਗਾਤਾਰ 8 ਦਿਨ ਦੀ ਜੋ ਸੇਵਾ ਸਾਹਿਬ ਕਰ ਰਹੇ ਆ ਮੈਂ ਸੁਣਾ ਬਹੁਤ ਹੀ ਵਧੀਆ ਇੱਕ ਨੇਕ ਕੰਮ ਹੈ ਪੂਰੀ ਦੁਨੀਆ ਦੇ ਵਿੱਚ ਸਾਰੇ ਜੈਨ ਸਥਾਨ ਜਿੱਥੇ ਵੀ ਜਿੱਥੇ ਕੋਈ ਜੈਨ ਧਰਮ ਦੇ ਬੰਦੇ ਜਾਂਦੇ ਸਾਰੇ ਆਪਣੇ ਸ਼ਰਧਾ ਭਾਵ ਦੇ ਨਾਲ ਮੰਦੀ 'ਚ ਉਹਨੇ ਸੰਤਾਂ ਨੂੰ ਯਾਦ ਕਰਕੇ ਪਾਵਨ ਪੁਰਸ਼ਾਂ ਨੂੰ ਯਾਦ ਕਰਕੇ ਅੱਜ ਦਾ ਦਿਨ ਜੀ ਜੰਤੂਆਂ ਦੀ ਜਿਹੜੀ ਬੇਜ਼ਬਾਨ ਜੀ ਜੰਤੂ ਆ ਕੇ ਜਿਹਨਾਂ ਨੂੰ ਅਸੀਂ ਅੰਤਾਂ ਨਹੀਂ ਖਵਾ ਕੇ ਆਪਣਾ ਉਹਨਾਂ ਦਾ ਆਸ਼ੀਰਵਾਦ ਲੈ ਕੇ ਸੀ ਸਭ ਗੁਰੂ ਮਹਾਰਾਜ ਦੇ ਆਸ਼ੀਰਵਾਦ ਦੇ ਨਾਲ ਕਰਦੇ ਮੈਂ ਸਮਝਣਾ ਇਹ ਸਾਰੇ ਮੇਰੇ ਫਾਈਵ ਸਟਾਰ ਕਲੱਬ ਸਾਰੇ ਤਰਫੋਂ ਸਾਡੇ ਨੀਰਜ ਜੈਨ ਜੀ ਸਾਡੇ ਜੋਨਲ ਕਮਿਸ਼ਨ ਮੇਰੇ ਵੀਰ ਜੈਨ ਸਾਹਿਬ ਸਾਰੇ ਬੜੀ ਸ਼ਰਧਾ ਭਾਵਨਾ ਲਾਇਆ ਮੈਂ ਸਮਝਣਾ ਵੀ ਮਨ ਦੀ ਭਾਵਨਾ ਨਾਲ ਯਾਦ ਸਾਹਿਬ ਅੱਜ ਪਰਮ ਜੋਸ਼ਨ ਦਾ ਪਹਿਲਾ ਦਿਨ ਹੈ ਔਰ ਪਹਿਲੇ ਦਿਨ ਅੱਜ ਰਜੇਸ਼ ਜੈਨ ਬੋਵੀ ਜੀ ਦੇ ਜਿਹੜਾ ਨੂੰ ਭੋਲੇ ਬਾਬਾ ਰਤਨ ਮੁਨੀ ਯੁਵਾ ਸੰਘ ਹੈਗਾ ਉਹਨਾਂ ਨੇ ਅੱਜ ਪਹਿਲੇ ਦਿਨ ਗਊਸ਼ਾਲਾ ਦੇ ਵਿੱਚ ਰੱਖਿਆ ਡੇਲੀ ਕਿਸੇ ਨਾ ਕਿਸੇ ਜਗ੍ਹਾ ਦੇ ਵਿੱਚ ਕਦੀ ਕੁਸ਼ਟ ਆਸ਼ਰਮ 'ਤੇ ਜਿਸ ਤਰ੍ਹਾਂ ਨੀਰਜ ਜੀ ਨੇ ਕਿਹਾ ਕਿ ਬਹੁਤ ਅਨਮੋਦਿਨੇ ਕੰਮ ਹੈਗਾ ਔਰ ਇਹ ਜਿਹੜਾ ਹਫ਼ਤਾ ਹੈ ਪੂਰਾ ਅਹਿੰਸਾ ਪਰਮੋ ਧਰਮਾਂ ਦੇ ਹਿਸਾਬ ਨਾਲ ਜੀ ਔਰ ਜੀ ਨੇ ਦੋ ਤੋ ਉਸ ਲਿਹਾਜ ਦੇ ਨਾਲ ਅਸੀਂ ਲੋਕ ਸਭ ਮਨਾ ਰਹੇ ਹਾਂ ਬਹੁਤ ਆਲ ਓਵਰ ਵਰਲਡ ਦੇ ਵਿੱਚ ਜਿੰਨੇ ਵੀ ਜੈਨ ਕਮਿਊਨਿਟੀ ਹੈਗੀ ਹੈ 8 ਦਿਨ ਦੇ ਪਰਬ ਹੁੰਦੇ ਨੇ ਅੱਜ ਪਹਿਲਾ ਹੈ ਅਗਲੇ ਇਤਵਾਰ ਨੂੰ ਸਮਸਰੀ ਪਰਬ ਹੈਗਾ ਜਿਹੜਾ ਸਾਡਾ ਮਹਾਂਪਰਬ ਹੁੰਦਾ ਹੈ ਉਹ ਹੈਗਾ 8 ਦਿਨ ਸਾਡੇ ਜੈਨ ਪਰਿਵਾਰ ਦੇ ਵਿੱਚ ਕੋਈ ਕੱਚੀ ਹਰੀ ਸਬਜ਼ੀ ਦਾ ਸਭ ਕਿਸੇ ਦੇ ਘਰ ਦੇ ਵਿੱਚ ਨਹੀਂ ਬਣਦੀ ਔਰ ਜਿੰਨਾ ਧਰਮ ਧਿਆਨ ਬੰਦਾ ਕਰ ਸਕਦਾ ਉਨਾ ਕਰਦਾ।